ਅੰਮ੍ਰਿਤਸਰ ਵਿੱਚ ਐਤਵਾਰ ਵੀ ਬੈਂਕਾਂ 'ਚ ਰੌਣਕਾਂ ਲੱਗੀਆਂ ਰਹੀਆਂ ਅਤੇ ਬੈਂਕ ਅਧਿਕਾਰੀਆਂ ਵੱਲੋਂ ਲੋਕਾਂ ਦਾ ਪੂਰਾ ਸਹਿਯੋਗ ਦਿੱਤਾ ਗਿਆ। ਬੈਂਕ ਮੈਨੇਜਰ ਸਿੰਮੀ ਨਾਰੰਗ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਲੋਕ ਵੀ ਸਾਡਾ ਸਹਿਯੋਗ ਕਰਨ, ਧੱਕਾ ਮੁੱਕੀ ਕਰਨ ਦੀ ਬਜਾਏ ਸਿਸਟਮ ਨਾਲ ਜਮ੍ਹਾਂ ਅਤੇ ਕੈਸ਼ ਕਰਾਉਣ ਤਾਂ ਕਿ ਸਾਰਿਆਂ ਨੂੰ ਮੁਸ਼ਕਿਲ ਨਾ ਆ ਸਕੇ। ਗਾਹਕਾਂ ਨੇ ਵੀ ਪੰਜਾਬ ਨੈਸ਼ਨਲ ਬੈਂਕ ਅਤੇ ਹੋਰ ਬਾਕੀ ਦੇ ਮੁਲਾਜ਼ਮਾਂ ਦੇ ਕੰਮਾਂ ਨੂੰ ਸਰਾਹਿਆ। ਇੰਸਟ੍ਰਕਸ਼ਨ ਦੇ ਅਕੋਰਡਿੰਗਲੀ ਸੈਟਰਡੇ ਸੰਡੇ ਦੋਨੋਂ ਦਿਨ ਬ੍ਰਾਂਚ ਖੁੱਲ੍ਹੀ ਹੈ। ਵਰਕਿੰਗ ਵੀ ਸਾਡੀ ਸਵੇਰੇ ਮੋਰਨਿੰਗ ਤੋਂ ਲੈ ਕੇ ਟਿਲ 7 ਓ ਕਲੋਕ ਹੈ। ਤਦ ਵੀ ਪਬਲਿਕ ਦਾ ਦੋਨੋਂ ਤਿੰਨੇ ਦਿਨ ਬਹੁਤ ਰਸ਼ ਰਿਹਾ ਅਤੇ ਸਾਡੀ ਪਬਲਿਕ ਨੂੰ ਇਹ ਅਪੀਲ ਹੈਗੀ ਹੈ ਕਿ ਉਹ ਥੋੜ੍ਹਾ ਮਤਲਬ ਜਿਸ ਤਰ੍ਹਾਂ ਆਪਸ 'ਚ ਧੱਕਾ ਮੁੱਕੀ ਜਾਂ ਲੜਾਈ ਕਰਨ ਦੀ ਬਜਾਏ ਆਰਾਮ ਨਾਲ ਲਾਈਨ 'ਚ ਲੱਗਣ ਅਤੇ ਆਰਾਮ ਨਾਲ ਆਪਣਾ ਕੰਮ ਕਰਾਉਣ ਤਾਂ ਕਿ ਸਟਾਫ ਨੂੰ ਵੀ ਕੋਈ ਮੁਸ਼ਕਿਲ ਨਾ ਆਏ ਅਤੇ ਅਸੀਂ ਵੀ ਆਪਣਾ ਕੰਮ ਆਰਾਮ ਨਾਲ ਕਰ ਸਕੀਏ। ਅਸੀਂ ਸਾਰਾ ਸਟਾਫ ਇਸ ਵੇਲੇ ਇੱਕੋ ਹੀ ਕੰਮ ਕਰ ਰਹੇ ਹਾਂ, ਕੈਸ਼ ਕਰੰਸੀ ਐਕਸਚੇਂਜ ਐਂਡ ਕੈਸ਼ ਡਿਪੋਜ਼ਿਟ ਨਾਲੇ ਪੇਮੈਂਟ। ਬਸ ਮੈਂ ਸਭ ਲੋਕਾਂ ਦੀ ਕੋਆਪਰੇਸ਼ਨ ਚਾਹੁੰਦੀ ਹਾਂ ਜਿਸ ਨਾਲ ਆਰਾਮ ਨਾਲ ਕੰਮ ਹੋ ਸਕੇ ਅਤੇ ਕਿਸੇ ਨੂੰ ਨਾ ਸਟਾਫ ਨੂੰ ਮੁਸ਼ਕਲ ਆਏ ਨਾ ਪਬਲਿਕ ਨੂੰ ਮੁਸ਼ਕਲ ਆਏ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਇਹ ਬੈਂਕ ਸਟਾਫ ਦਾ ਜਿਹੜੇ ਕਿ ਸੰਡੇ ਨੂੰ ਵੀ ਆਪਣਾ ਕੰਮ ਕਰ ਰਹੇ ਨੇ। ਈਵਨ ਮੇਰੇ ਖੁਦ ਸਿਸਟਰ ਜਿਹੜੇ ਸਕੇਲ 1 ਮੈਨੇਜਰ ਪੰਜਾਬ ਨੈਸ਼ਨਲ ਬੈਂਕ ਅੰਮ੍ਰਿਤਸਰ ਕੈਂਟ ਬ੍ਰਾਂਚ ਵਿੱਚ ਨੇ ਔਰ ਰਾਤੀ 11-11 ਵਜੇ ਉਹ ਆ ਰਹੇ ਨੇ। ਮੇਰੇ ਖੁਦ ਸਾਲੇ ਹਾਰ ਜਿਹੜੀ J&K ਬੈਂਕ ਵਿੱਚ ਲੱਗੀ ਹੋਈ ਹੈ, ਦੇ ਆਰ ਮਤਲਬ ਰਿਲੀਵਿੰਗ ਬੈਂਕ 10 ਓ ਕਲੋਕ ਐਵਰੀ ਡੇ ਫੋਰ ਲਾਸਟ 4 ਡੇ। ਰੀਅਲੀ ਹੈਟਸ ਆਫ ਟੂ ਦੀਸ ਪੀਪਲ ਕਿ ਸਪੋਰਟ ਕਰ ਰਹੇ ਨੇ ਸਾਨੂੰ।